ਤਕਸ਼ੀਰੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਟੀਵੀ ਯੂਐਸਏ ਤੇ ਮੈਂ ਤੁਹਾਡੇ ਨਾਲ ਬਲਕਰਨ ਸਿੰਘ ਰਾਜਸਥਾਨ ਦੀਆਂ ਚੋਣਾਂ ਵਿੱਚ ਪੰਜਾਬੀ ਵਿਰੋਧ ਦੀ ਤਰਹਾਰੀ ਰਾਜਸਥਾਨ ਵਿੱਚ ਆਪਣੇ ਰਾਜ ਭਾਗ ਦੌਰਾਨ ਪੰਜਾਬੀਆਂ ਦੀਆਂ ਅਸਾਮੀਆਂ ਖਤਮ ਕਰਨ ਵਾਲੀ ਭਾਜਪਾ ਦੇ ਕਈ ਵੱਡੇ ਉਮੀਦਵਾਰ ਹਾਰ ਗਏ ਹਨ ਜਿਨ੍ਹਾਂ ਵਿੱਚ ਭਾਜਪਾ ਦੀ ਸਾਬਕਾ ਵਿਧਾਇਕ ਦਰੋਪਤੀ ਮੇਘਵਾਲ ਵੀ ਸ਼ਾਮਲ ਹਨ ਤੁਹਾਨੂੰ ਦੱਸ ਦਈਏ ਕਿ ਦ੍ਰੋਪਤੀ ਮੇਗਵਾਲ 2013 ਤੋਂ 2018 ਤੱਕ ਰਾਜਸਥਾਨ ਦੇ ਜ਼ਿਲ੍ਹਾ ਹਨਮਾਨਗੜ੍ਹ ਤੇ ਪੀਲੀ ਬੰਗਾ ਰਿਜ਼ਰਵ ਹਲਕੇ ਤੋਂ ਭਾਜਪਾ ਦੀ ਵਿਧਾਇਕ ਰਹੀ ਸੀ ਅਤੇ ਇਸ ਵਾਰ ਹਨਮਾਨਗੜ੍ਹ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਨੰਬਰ 20 ਤੋਂ ਚੋਣ ਲੜ ਰਹੀ ਸੀ ਅਤੇ ਹਨਮਾਨਗੜ੍ਹ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਾ ਅਹੁਦਾ ਅਨੁਸੂਚਿਤ ਔਰਤ ਲਈ ਰਿਜ਼ਰਵ ਹੋਣ ਕਰਕੇ ਉਹਦੇ ਚੇਅਰਮੈਨ ਬਣਨ ਦੇ ਅਸਾਰ ਸਨ ਪਰ ਉਸਨੇ ਆਪਣੇ ਪਿਛਲੇ ਵਿਧਾਇਕ ਸਮੇਂ ਪੰਜਾਬੀ ਭਾਸ਼ਾ ਨਾਲ ਰਾਜ ਕੇ ਦਰੋਹ ਕਿਮਾਇਆ ਪੰਜਾਬੀ ਬਹੁਲ ਪਿੰਡਾਂ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਹਟਾ ਕੇ ਸੰਸਕ੍ਰਿਤ ਲਾਉਣ ਲਈ ਇਹਨਾਂ ਨੇ ਹੀ ਸਹਿਮਤੀ ਦਿੱਤੀ ਸੀ ਪਰ ਪਹਿਲਾਂ ਇਸ ਦੇ ਵਿਰੋਧ ਕਰਕੇ ਭਾਜਪਾ ਨੇ ਉਸ ਹਲਕੇ ਤੋਂ ਇਸ ਦੀ ਟਿਕਟ ਕੱਟ ਦਿੱਤੀ ਅਤੇ ਹੁਣ ਇਸ ਜ਼िला ਪ੍ਰੀਸ਼ਦ ਚੋਣ ਬਹੁਤ ਵੱਡੇ ਫਰਕ ਨਾਲ ਹਾਰੀ ਹੈ। ਦ੍ਰੋਪਦੀ ਮੇਘਵਾਲ ਨੂੰ ਕਾਂਗਰਸ ਦੀ ਸਾਬਕਾ ਐਮਪੀ ਅਤੇ ਵਿਧਾਇਕ ਮਹਿਰੂਮ ਬੀਰਬਲ RAMDEEP POOTNO ਨੇ 3500 ਦੇ ਕਰੀਬ ਵੋਟਾਂ ਨਾਲ ਹਰਾਇਆ ਹੈ। ਇਸ ਹਾਰ ਦੇ ਨਾਲ ਹੁਣ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਟਿਕਟ ਲੈਣ ਦੀ ਉਮੀਦ ਵੀ ਕਟ ਗਈ ਹੈ। ਜੇਕਰ ਯੋਗ ਹੈ ਕਿ ਜ਼ੋਨ ਨੰਬਰ 20 ਵਿੱਚ ਚਾਰ ਪਿੰਡ ਪੰਜਾਬੀਆਂ ਦੇ ਸਨ ਅਤੇ ਰਾਜਸਥਾਨ ਦੀ ਪੰਜਾਬੀ ਭਾਸ਼ਾ ਲਈ ਸੰਘਰਸ਼ ਕਰ ਰਹੀ ਪੰਜਾਬੀ ਭਾਸ਼ਾ ਪ੍ਰਚਾਰ ਸਭਾ ਨੇ ਦਰੋਪਦੀ ਮੇਘਵਾਲ ਨੂੰ ਹਰਾਉਣ ਦਾ ਸੱਦਾ ਦਿੱਤਾ ਸੀ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ ਸੰਗਰੀਆ ਟਿੱਬੀ ਪੀਲੀ ਬੰਗਾ ਹਨਮਾਨਗੜ੍ਹ ਅਤੇ ਨੌਰ ਵਿੱਚ ਜਿੱਤ ਦਰਜ ਕੀਤੀ ਹੈ ਜਦੋਂ ਕਿ रावत ਸਰ ਵਿੱਚ ਭਾਜਪਾ ਅਤੇ ਭਾਦਰਾ ਵਿੱਚ ਕਾਮਰੇਡ ਜਿਆਦਾ ਸੀਟਾਂ ਜਿੱਤਣ ਵਿੱਚ ਸਫਲ ਹੋਏ ਹਨ ਭਾਜਪਾ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਿਆ ਜਦੋਂ ਮੋਦੀ ਸਰਕਾਰ ਵਿੱਚ ਮੰਤਰੀ ਰਹੇ ਅਤੇ ਬੀਕਾਨੇਰ ਦੇ ਮੈਂਬਰ ਪਾਰਲੀਮੈਂਟ ਅਰਜੁਨ ਰਾਮ ਮੇਘਵਾਲ ਜਿਲ੍ਹਾ ਪ੍ਰਸ਼ਿਦ ਪ੍ਰਿਸ਼ਦ ਦੀਆਂ ਚੋਣਾਂ ਵਿੱਚ ਪਾਰੀ ਵੋਟਾਂ ਨਾਲ ਹਾਰ ਗਏ ਸੋ ਦੋਸਤੋ ਇਹ ਸੀ ਅੱਜ ਦੀ ਲੇਟੈਸਟ ਅਪਡੇਟ ਹੋਰ ਲੇਟੈਸਟ ਅਪਡੇਟਾਂ ਦੇ ਲਈ ਬਨੇ ਰਹੋ ਸਾਡਾ ਟੀਵੀ